ਠੀਕ ਹੈ, ਸਭ ਤੋਂ ਵੱਡੀ ਗੱਲ ਹੈ ਵੈਕਸੀਨੇਸ਼ਨ ਜ਼ਰੂਰ ਕਰਾਓ। ਠੀਕ ਹੈ, ਔਰ ਜਿਸ ਤਰ੍ਹਾਂ ਬਰੋਸਲੋਸਿਸ ਦੀ ਬਿਮਾਰੀ ਹੈ ਜੀ ਇੱਕ, ਜਿਹਦੇ ਨਾਲ ਮੱਝ ਬੱਚਾ ਸੁੱਟਦੀ ਆ, 7ਵੇਂ 8ਵੇਂ ਮਹੀਨੇ 'ਚ ਜਾ ਕੇ ਕਈ ਮੱਝਾਂ ਬੱਚਾ ਸੁੱਟ ਦਿੰਦੀਆਂ ਨੇ, ਉਹ ਤਕਰੀਬਨ ਬਰੋਸਲੋਸਿਸ ਪੋਜ਼ਿਟਿਵ ਹੋਣਗੀਆਂ, ਤੇ ਉਹਦੇ ਵਾਸਤੇ ਚਲੋ ਉਹ ਤੇ ਜਿਨ੍ਹਾਂ ਨੂੰ ਆ ਗਈ ਬਿਮਾਰੀ ਉਹ ਤਾਂ ਆ ਗਈ ਜੀ, ਉਹ ਨਹੀਂ ਹਟਣੀ, ਪਰ ਅਗਾਂਹ ਵੈਕਸੀਨ ਆ ਗਈ ਹੈ 6 ਮਹੀਨੇ ਦੀ ਕਟੜੀ ਤੱਕ, ਉਹ ਵੈਕਸੀਨ ਆਪਾਂ ਲਾ ਸਕਦੇ ਹਾਂ ਕੱਟੀ ਨੂੰ ਵੀ ਔਰ ਬੱਚੀ ਨੂੰ ਵੀ। ਤੇ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਸਰਕਾਰੀ ਹਸਪਤਾਲ ਜਾਂ ਸਰਕਾਰੀ ਡਾਕਟਰ ਕੋਲ ਪੁੱਛ ਕੇ ਜਾਂ ਪ੍ਰਾਈਵੇਟ ਕਿਤੇ ਬਰੋਸਲੋਸਿਸ ਦੀ ਵੈਕਸੀਨ ਲੈ ਕੇ ਜੇ ਕੱਟੀਆਂ ਪਾਲਣੀਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਲਾਓ, ਕਿਉਂਕਿ ਭਾਵੇਂ ਡਾਕਟਰ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਇਹਦਾ ਸ਼ਾਇਦ ਲਾਈਫ ਟਾਈਮ ਦਾ ਕੋਈ ਫਾਇਦਾ ਨਾ ਹੋਵੇ ਵੈਕਸੀਨ ਦਾ, ਪਰ ਤਕਰੀਬਨ ਜਿੰਨੀ ਕੁ ਮੇਰੀ ਡਾਕਟਰਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਵੀ ਤਕਰੀਬਨ 80% ਇਹਦਾ ਫਾਇਦਾ ਹੈਗਾ ਵੈਕਸੀਨ ਦਾ, ਵੀ 80% ਤੱਕ ਇਹ ਬਰੋਸਲੋਸਿਸ ਨਹੀਂ ਆਉਣ ਦਿੰਦੀ ਜੇ ਡੇਅਰੀ ਪਾਲਕ ਜਾਂ ਪਸ਼ੂ ਪਾਲਣ ਸਿਆਣਾ ਹੋਵੇ ਤਾਂ। ਇੱਕ ਛੋਟੀ ਸੀ ਬਾਤ ਔਰ ਮੈਂ ਵੀ ਜੋੜ ਦੂੰ ਬਾਬਾ ਜੀ ਇਸਮੇ, ਹਾਂਜੀ, ਜੈਸੇ ਕਿ ਆਪਾਂ ਕੰਮ ਕਰ ਰਹੇ ਹਾਂ ਸੀਮਨ ਪੇ ਐਚ ਐਸ ਬੀ ਪੇ, ਤੋ ਬੁਲ ਵੀ ਡਿਜ਼ੀਜ਼ ਫਰੀ ਹੋਣੇ ਜ਼ਰੂਰੀ ਹੈ, ਅਗਰ ਬੁਰਸੈਲਾ ਪੋਜ਼ਿਟਿਵ ਕੋਈ, ਅਗਰ ਬੁਰਸੈਲਾ ਪੋਜ਼ਿਟਿਵ ਕੋਈ ਕੱਟਾ ਹੈ, ਕਿਉਂਕਿ ਮੋਸਟਲੀ ਜੋ ਛੋਟੇ ਛੋਟਾ ਦੁਕਾਨ ਸੀ ਖੋਲੇ ਬੈਠੇ ਹੈ ਸੀਮਨ ਕਾ ਕਾਮ ਕਰ ਰਹੇ ਹੈ, ਵੋ ਬੁਲੋਂ ਕੋ ਆਪਣੇ ਕੋ ਚੈੱਕ ਹੀ ਨਹੀਂ ਕਰਾਤੇ ਹੈ। ਮੈਂ ਸੁਰਿੰਦਰ ਜੀ ਇਹਦੇ ਵਾਸਤੇ ਨਾ ਜ਼ਰੂਰ ਕਹਿਣਾ ਚਾਹੂੰਗਾ, ਵੇਖੋ ਤੁਹਾਡਾ ਤੇ ਸੀਮਨ ਸੈਂਟਰ ਇੱਕ ਹੱਬ ਆ ਪੂਰਾ, ਤੁਹਾਡੇ ਕੋਲ 50 ਝੋਟੇ ਹੋਣਗੇ, ਬੱਚੇ ਬਹੁਤ ਜਾਨਵਰ ਨੇ, ਔਰ ਤੁਸੀਂ ਆਪ ਹੀ ਸੀਮਨ ਬਣਾਉਂਦੇ ਹੋ ਤੇ ਤੁਹਾਡੇ ਦੇ ਉੱਥੋਂ ਸਾਰਾ ਰਿਜ਼ਲਟ ਮਿਲ ਜੂਗਾ, ਪਰ ਜਿਹੜਾ ਮੇਰੇ ਵਰਗਾ ਘਰੇ ਇੱਕ ਕੱਟਾ ਪਾਲ ਕੇ ਤੇ ਸੀਮਨ ਵਾਲਾ ਸਿਲੰਡਰ ਭਰੀ ਫਿਰਦਾ 5-7 ਹਜ਼ਾਰ ਚ, ਇਹਨਾਂ ਲੋਕਾਂ ਤੋਂ ਬਚ ਜਾਓ ਭਾਈ, ਇਹਨਾਂ ਦੀਆਂ ਕੱਟੀਆਂ ਮੁੜ ਕੇ ਬਰੋਸਲੋਸਿਸ ਪੋਜ਼ਿਟਿਵ ਨਿਕਲੀਆਂ, ਪਹਿਲੀ ਤੇ ਗੱਲ ਕੰਸੀਵ ਨਹੀਂ ਹੋਣੀਆਂ, ਜੇ ਕੰਸੀਵ ਹੋ ਗਿਆ ਮੁੜ ਕੇ ਬੱਚੇ ਸੁੱਟੀ ਜਾਣਗੀਆਂ, ਜਾਂ ਤੇ ਅਗਲੇ ਨੂੰ ਕਹੋ ਵੀ ਆਪਣੇ ਝੋਟੇ ਦੀ ਭਾਈ ਬਰੋਸਲੋਸਿਸ ਹਰ ਇੱਕ ਸਾਲ ਟੈਸਟਡ ਕਿਸੇ ਕੋਲੋਂ ਕਰਾ ਕੇ ਤੇ ਰਿਪੋਰਟ ਦੇ ਨਾਲ ਹਰ 6 ਮਹੀਨੇ ਹਰ 6ਵੇਂ ਮਹੀਨੇ, ਤੇ ਨਹੀਂ ਤੇ ਮੇਰੇ ਵੀਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, ਇਹ ਬਿਮਾਰੀ ਸਾਡੇ ਬੰਦਿਆਂ 'ਚ ਆ ਕੇ ਮੈਨੂੰ ਸੁਣਨ 'ਚ ਮਿਲਿਆ ਜੀ, ਮੈਂ ਪਿਛਲੀ ਵਾਰੀ ਹਿਸਾਰ ਇੱਕ ਡਾਕਟਰ ਕੋਲ ਗਿਆ ਤੇ ਮੈਨੂੰ ਡਾਕਟਰ ਨੇ ਗੱਲ ਕਹੀ ਵੀ ਸਾਡੇ ਨਾ ਇੱਥੇ ਬਿਛਨੋਈਆਂ ਦੇ ਮੁੰਡੇ ਧਾਰ ਕੱਢਦੇ ਆ ਯੂਨੀਵਰਸਿਟੀ ਦੇ ਵਿੱਚ, ਤੇ ਜਿਹੜੀਆਂ ਉਹਨਾਂ ਦਾ ਕੰਮ ਇਹ ਆ ਵੀ ਉੱਥੋਂ ਬਾਹਰ ਤਾਂ ਦੁੱਧ ਜਾਂਦਾ ਨੀ, ਉਹ ਕੱਚਾ ਹੀ ਦੁੱਧ ਉੱਥੋਂ ਮੱਝਾਂ ਥੱਲਿਓ ਪੀ ਜਾਂਦੇ ਨੇ, ਤੇ ਕਹਿੰਦੇ ਕਈ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਕੱਚਾ ਦੁੱਧ ਜ਼ਿਆਦਾ ਪੀਣ ਨਾਲ ਜਿਹੜੀਆਂ ਮੱਝਾਂ ਬਰੋਸਲੋਸਿਸ ਪੋਜ਼ਿਟਿਵ ਨੇ ਉਹਨਾਂ ਤੋਂ ਉਹਨਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਵੀ ਨੌਜਵਾਨ ਬੱਚਿਆਂ ਨੂੰ ਪੈਰਾਲਾਈਸਿਸ ਹੋਏ ਨੇ। ਅੱਛਾ, ਤੇ ਦੱਸੋ ਯੂਨੀਵਰਸਿਟੀਆਂ 'ਚ ਇਹ ਹਾਲ ਅੱਜ ਕੱਲ੍ਹ ਹੋਏ ਫਿਰਦੇ ਨੇ ਤਾਂ ਉੱਥੇ ਕੀ ਕਰਾਂਗੇ ਜੀ? ਬਿਲਕੁਲ ਬਿਲਕੁਲ, ਹਾਂਜੀ, ਇਹ ਬਾਤ ਤੋਂ ਬੜੀ ਸੋਚਣੇ ਵਾਲੀ ਹੈ ਬਾਬਾ ਜੀ। ਬਿਲਕੁਲ ਸੋਚਣ ਵਾਲੀ ਹੈ ਜੀ, ਇਹ ਬਰੋਸਲੋਸਿਸ ਅੱਗੇ ਜਾ ਕੇ ਸਾਡੇ ਮੈਂਸ ਦੇ ਵਿੱਚ ਵੀ ਅਸਰ ਕਰੂਗੀ ਜੀ।